पिछले 2 साल बाद मालवे के धार्मिक मेलों में लोग निडर होकर शिरकत कर रहे हैं ते अपनी धार्मिक आस्था पूरी श्रद्धा के नाल मना रहे हैं, जिस तहत पिंड नथेहा के बाबा योगी पीर दी बुलंद ते उदासीन संपर्दा वालों समाज के लोगों तो समाजिक कुरीतियां छुड़ाने ते चंगे पासे लाने के मकसद नाल डेरे के मुख सेवादार श्रीमान 108 संत बाबा सतनाम सिंह जी वालों श्रद्धालुओं की मदद नाल श्री अखंड पाठ से लड़ी करवा के भादो की चौथ मौके भारी मेला करवाया गया। इस मौके पिंड लहरी उदासीन डेरे के मुखी बाबा गोबिंदानंद जी हीरेवाला कोसो राम जी कोटशमीर महंत गुरशरण दास जी मौड़ मंडी महंत संत मुनि लहरी ने उचेचे तौर पर शिरकत की। इस मौके जिथे श्री अखंड पाठ साहिब का भोग पाया गया उत्थे ही संगतां ने बड़ी श्रद्धा के नाल इस मेले का आनंद माणिया। तलवंडी साबो तो लखविंदर शर्मा की रिपोर्ट। वधेरे खबरों लई तुसीं देखदे रहो अजीत वर्क टीवी। ਮਾਰਜ ਸੰਤ ਜਿਆਣ ਜੀ ਸੰਤ ਖਾਮ ਦੇ ਪੀਮ ਦੇ ਬਹੁਤ ਥੋੜਾ ਹੋਵਣ ਨਿਆਮਤਾ ਚਾਹੇ ਹਜ਼ਾਰ ਬਿਲੀ ਓਏ ਪੰਮੇ ਵਾਲਿਆ ਸੰਤਾਂ ਦੀ ਸੇਵ ਕਰ ਲੈ ਪੰਮੇ ਵਾਲਿਆ ਸੰਤਾਂ ਦੀ ਸੇਵ ਕਰ ਲੈ ਛੱਡ ਜਾਵੇਂਗਾ ਰੰਗ ਸੰਸਾਰ ਬਿਲੀ ਨਾ ਇੰਜ ਤੁਹਾਡਾ ਮੇਰਾ ਨਾਮ ਵੀਰਪਾਲ ਕੌਰ ਹੈ ਕਿਹੜਾ ਪਿੰਡ ਹੈ ਮੇਰਾ ਪਿੰਡ ਚਹਿਲ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਦੇਖੋ ਕੱਢਣ ਆਏ ਹੋ ਮਿੱਟੀ ਕੱਢਣ ਆਏ ਹੋ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਅੱਜ ਕੱਲ੍ਹ ਦੀਆਂ ਔਰਤਾਂ ਪੁਰਾਤਨ ਵਿਰਸੇ ਨੂੰ ਭੁੱਲਦੀਆਂ ਜਾਂਦੀਆਂ ਹਨ ਅਸੀਂ ਆਪਣਾ ਵਿਰਸਾ ਸੰਭਾਲ ਕੇ ਰੱਖੀਏ ਤਾਂ ਜੋ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕੋਈ ਸੰਦੇਸ਼ ਦੇ ਸਕੀਏ ਅੱਛਾ ਅੱਜ ਤੁਸੀਂ ਆਏ ਹੋ ਮਿੱਟੀ ਕੱਢਣ ਆਏ ਹੋ ਕਿੱਥੇ ਆਏ ਹੋ ਅਸੀਂ ਆਪਣੇ ਪਿੰਡ ਚੈਲੀ ਜੋਗੀਪੀਰ ਆਏ ਹਾਂ ਮਿੱਟੀ ਕੱਢਣ ਅੱਛਾ ਪੂਰੀ ਸ਼ਰਧਾ ਪੂਰਨ ਮਿੱਟੀ ਦੀ ਸੰਭਾਲ ਕੀ ਅਰਦਾਸ ਕੀਤੀ ਹੈ ਇੱਥੇ ਆ ਕੇ ਇਹੀ ਵੀ ਸਾਡੀ ਗਾਂ ਵੀ ਪੀੜ੍ਹੀ 'ਚ ਵਾਧਾ ਹੋਵੇ ਹਾਂਜੀ ਕੀ ਨਾਂ ਤੁਹਾਡਾ ਜੀ ਜਸਪਾਲ ਸ਼ਰਮਾ ਜੀ ਭਈਆ ਮੈਂ ਕੀ ਕਹਿਣਾ ਚਾਹੁੰਦਾ ਅੱਜ ਬਾਬਾ ਜੋਗੀਪੀਰ ਨਥੇਹੇ ਵਿਖੇ ਜੋ ਮੇਲਾ ਮਨਾਇਆ ਜਾ ਰਿਹਾ ਸੰਤ ਸਤਨਾਮ ਦਾਸ ਜੀ ਨਥੇਹਾ ਦੀ ਅਗਵਾਈ ਦੇ ਵਿੱਚ ਹਰ ਸਾਲ ਬਹੁਤ ਹੀ ਧੂਮਧਾਮ ਦੇ ਨਾਲ ਇੱਥੇ ਸਾਲ ਦੇ ਵਿੱਚ 3-4 ਪ੍ਰੋਗਰਾਮ ਕਰਾਏ ਜਾਂਦੇ ਨੇ ਜਿਹੜਾ ਆਪਣਾ ਜੋਗੀਪੀਰ ਦਾ ਮੇਲਾ ਹੈ ਇਹ ਤਾਂ ਹਰ ਸਾਲ ਇੱਥੇ ਹੁੰਦਾ ਹੀ ਹੈ ਇੱਥੇ ਸੰਗਤ ਆਉਂਦੀ ਹੈ ਇਸ ਤੋਂ ਬਾਅਦ ਇੱਥੇ ਇੱਕ ਜਗਰਾਤਾਂ ਦੇ ਵਿੱਚ ਰੱਖਿਆ ਜਾਂਦਾ ਹੈ ਸੰਤ ਜਿਹੜੇ ਕਰਾਉਂਦੇ ਨੇ ਪ੍ਰੋਗਰਾਮ ਬੜਾ ਖੁੱਲ੍ਹੇ ਦਿਲ ਨਾਲ ਅਤੇ ਬੜੇ ਧੂਮਧਾਮ ਨਾਲ ਮਨਾਉਂਦੇ ਨੇ ਅਸੀਂ ਕੱਪਾ ਮੰਡੀ ਤੋਂ ਚੱਲ ਕੇ ਬਚੇ ਸੰਗਤ ਇੱਥੇ ਪਹੁੰਚੇ ਹੋਏ ਹਾਂ ਅਤੇ ਸਾਨੂੰ ਇੱਥੇ ਆ ਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਮਤਲਬ ਸੱਚਖੰਡ ਅੰਦਰ ਚੰਗੇ ਮਤਲਬ ਉਸ ਦੇ ਵਿੱਚ ਪਹੁੰਚ ਗਏ ਹਾਂ ਸਾਨੂੰ ਮਤਲਬ ਇੱਥੇ ਆ ਕੇ ਬਹੁਤ ਜ਼ਿਆਦਾ ਆਨੰਦ ਮਿਲਿਆ ਸੰਤਾਂ ਦਾ ਆਸ਼ੀਰਵਾਦ ਸੰਤਾਂ ਦਾ ਸੁਭਾਅ ਸੰਤ ਬਹੁਤ ਵਧੀਆ ਨੇਚਰ ਦੇ ਨੇ ਅਤੇ ਸਾਨੂੰ ਬਹੁਤ ਚੰਗਾ ਲੱਗਿਆ ਨਾਲ ਸਾਡੀ ਹਰਜੋਤ ਬਾਬਾ ਜੀ ਭਜਨ ਗਾਇਕ ਨੇ ਜਿਹੜੇ ਪੰਜਾਬ ਦੇ ਬਹੁਤ ਟੀਵੀ ਕਲਾਕਾਰ ਉਹ ਵੀ ਇੱਥੇ ਪਹੁੰਚੇ ਹੋਏ ਨੇ ਸਾਡੇ ਬਾਬਾ ਹਰੀਦਾਸ ਬਰਾਗੀ ਜੀ ਔਰ ਮਾਸਟਰ ਚਮਕੌਰ ਜੀ ਔਰ ਕਬੀਸ਼ਰ ਜੀ ਕਬੀਸ਼ਰ ਜੱਥੇ ਇੱਥੇ ਬਹੁਤ ਮਤਲਬ ਆਪਦਾ ਪ੍ਰੋਗਰਾਮ ਦੇ ਕੇ ਜਾਂਦੇ ਨੇ ਮੇਰਾ ਨਾਮ ਮਹੰਤ ਸਤਨਾਮ ਦਾਸ ਜੀ ਓਏ ਕੀ ਕਹਿਣਾ ਜਦੋਂ ਅੱਜ ਮੇਲਾ ਮਨਾਇਆ ਦੂਰੋਂ ਦੂਰੋਂ ਸੰਗਤ ਆਈਆਂ ਕੀ ਕਹਿਣਾ ਮੈਂ ਸੰਗਤ ਦਾ ਧੰਨਵਾਦ ਕਰਦਾ ਬਾਬੇ ਜੋਗੀਪੀਰ ਦਾ ਮੇਲਾ ਹਰ ਸਾਲ ਅਸੀਂ ਮਨਾਉਂਦੇ ਹਾਂ ਮੈਂ ਸਾਰੀਆਂ ਸੰਗਤ ਦਾ ਧੰਨਵਾਦ ਕਰਦਾ ਜੀ ਗਾਇਕ ਨੂੰ ਆਗਰਾ ਬਹੁਤ ਜਗਤ ਗੁਰੂ ਸਿੰਘ ਭਗਵਾਨ ਕੀ ਜੈ ਹਾਂਜੀ ਕੀ ਨਾਂ ਤੁਹਾਡਾ ਜੀ ਹਰਜੋਤ ਬਾਬਾ ਜੀ ਭਜਨ ਸਿੰਗਰ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਆਏ ਮੈਂ ਜੀ ਅੱਜ ਨੱਥੇ ਕੇ ਵਿੱਚ ਆਈ ਹਾਂ ਪੂਰੀ ਟੀਮ ਲੈ ਕੇ ਜੀ ਟੀਮ ਸਮੇਤ ਜਾਗਰਨ ਮੰਡਲ ਆਇਆ ਹੋਇਆ ਜੀ ਬਾਬਾ ਜੀ ਦੇ ਦਰਸ਼ਨ ਕਰ ਲਏ ਸੰਤ ਬਾਬਾ ਸਤਨਾਮ ਦਾਸ ਜੀ ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਸਾਨੂੰ ਆਏ ਸਾਲ ਇਸ ਦਰਬਾਰ ਦੇ ਉੱਤੇ ਆਉਣ ਦਾ ਮੌਕਾ ਮਿਲਦਾ ਹੈ ਅਤੇ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਾਨੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿੰਨੇ ਵੀ ਇਸ ਦਰਬਾਰ 'ਤੇ ਭਗਤਾਂ ਆਉਂਦੇ ਹੈ ਬਾਬਾ ਜੀ ਹਰ ਭਗਤ ਦੀ ਮਨੋਕਾਮਨਾ ਪੂਰੀ ਕਰਨ ਹਾਂਜੀ ਸਰ ਕੀ ਨਾਂ ਸਰ ਤੁਹਾਡਾ ਜੀ ਮੇਰਾ ਨਾਮ ਦਰਸ਼ਨ ਸਿੰਘ ਭੰਮੇ ਜੀ ਕੀ ਕਹਿਣਾ ਜਨੂੰ ਅੱਜ ਮੇਲੇ 'ਤੇ ਆਏ ਹੋ ਜੀ ਬਾਬਾ ਜੀ ਮੇਲੇ ਦੇ ਵਿੱਚ ਪਹੁੰਚ ਕੇ ਸਾਨੂੰ ਅਪਾਰ ਖੁਸ਼ੀ ਹੋਈ ਕਿਉਂਕਿ ਸੰਤ ਬਾਬਾ ਸਤਨਾਮ ਦਾਸ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਇਸ ਏਰੀਏ ਦੇ ਸਾਰੇ ਹੀ ਜੋ ਪ੍ਰੇਮੀ ਹੈ ਉੱਥੇ ਸਾਰੇ ਆਪਦਾ ਵੈਰ ਵਿਰੋਧ ਮਿਟਾ ਕੇ ਇੱਥੇ ਆ ਕੇ ਇਕਜੁੱਟ ਹੋ ਕੇ ਬਾਬਾ ਜੋਗੀਪੀਰ ਮਹਾਰਾਜ ਦੀ ਉਸਤ ਕਰਦੇ ਹੈ ਅਤੇ ਸਾਨੂੰ ਵੀ ਮਹਾਰਾਜ ਜੀ ਦੀ ਕਿਰਪਾ ਹੋਈ ਹੈ ਇੱਥੇ ਆ ਕੇ ਅਸੀਂ ਕਵਿਸ਼ਰੀ ਦਾ ਜੋ ਜਥਾ ਸੀ ਸਾਡਾ ਉਹਨਾਂ ਨੇ ਆ ਕੇ ਗੁਣਗਾਇਨ ਕੀਤਾ ਭਗਵਾਨ ਦਾ ਅਤੇ ਮਹਾਰਾਜ ਜੀ ਬਹੁਤ ਵੱਡਾ ਉਪਕਾਰ ਹੈ ਪੰਜਾਬੀ ਮਾਂ ਨੂੰ
एडा वा प्रफुल्लित कर रहे हैं, दरबार कमिश्री दरबार ला रहे हैं, जिड़ी कि साड़ी अपनी विधा है कमिश्री विधा है वह लोप होंगी जाती है, उसमें बहुत बड़ा बढ़ावा दे रहे सत बाबा सतनाम दास महाराज जी। अखीर से जरा नौजवानों च नशे का रुझान बढ़ रहा है, हाँ जी की अपील कर संदेश की देना चाहिए? हाँ जी, असं जो नशे वाली गल हैगी है कि नशे की बात यह है कि जो साड़ी जवानी सी उसू नशा जोड़ा है खा रहा है, तो आए हुए सारे ही जो नौजवान पीढ़ी है उन्होंने चरण कमलों में बेनती करते हैं कि भाई इस बीमारी को दूर रह के आपकी सेहत को वधिया रखो, आपके आसे पासे वधिया रखो, सारों वधिया रखो। देश दुनिया दीआं ताज़ा खबरां दे लई हुणे प्ले स्टोर तों डाउनलोड करो पंजाब दी आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफार्म दे उत्ते उपलब्ध है। फेसबुक दे उत्ते हुणे लाइक ते फॉलो करो अजीत दा ऑफिशियल पेज डेली अजीत, ते हाँ नाल ही दोस्तां नूं पेज लाइक करन दे लई इनवाइट करना ना भुलना। इन्ना ही नहीं, हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इन्ना ही नहीं, अजीत दे वीडियो हुण तुसीं एप्पल टीवी दे उत्ते भी वेख सकदे हो, ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल, तुहाडी अपनी आवाज़, पंजाब दी आवाज़ अजीत।